ਮੈਂ ਮਾਨ ਸਾਹਿਬ ਨੂੰ ਆਹਣਾ, ਮਾਨ ਸਾਹਿਬ ਪੱਗ ਭਗਤ ਸਿੰਘ ਵਾਲੀ ਬੰਨ ਕੇ ਕੰਮ ਤੁਸੀਂ ਅੰਗਰੇਜ਼ਾਂ ਨਾਲੋਂ ਮਾੜੇ ਕਰਦੇ ਹੋ, ਇਹ ਚੀਜ਼ਾਂ ਛੱਡ ਦਿਓ। ਜੇ ਭਗਤ ਸਿੰਘ ਵਾਲੀ ਪੱਗ ਬੰਨੀ ਹੈ, ਭਗਤ ਸਿੰਘ ਜੀ ਦੀ ਫੋਟੋ ਲਾਈ ਹੈ, ਥੋੜ੍ਹਾ ਕਦਰ ਕਰੋ। ਨਹੀਂ, ਜਿਹੜੇ ਭਗਤ ਸਿੰਘ ਦੇ ਜਿਹੜੇ ਨਕਸ਼ੇ ਕਦਮਾਂ ਤੇ ਚੱਲਦੇ ਨੌਜਵਾਨ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਦਿੱਤੀ ਹੈ ਨਾ, ਤੁਹਾਡੇ ਮੰਤਰੀਆਂ ਨੂੰ ਵੀ ਭਜਾਉਣ ਲੱਗ ਗਏ, ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੀ ਵੀ ਦੁੜਕੀ ਲਵਾਉਣਗੇ ਪਿੰਡਾਂ ਦੇ ਵਿੱਚੋਂ। ਇਹ ਪੰਜਾਬੀਆਂ ਦੇ ਸੈਂਟੀਮੈਂਟਸ ਨਾਲ ਖੇਡਣਾ ਜਾਣਦੀ ਹੈ। ਕੋਈ ਇਸ਼ੂ ਆਉਂਦਾ ਉਹਦੇ ਤੇ ਅਟੈਂਸ਼ਨ ਡਾਇਵਰਟ ਕਰਨ ਦੀ ਪੋਲਿਟਿਕਸ ਕਰਦੇ ਹੈ, ਉਹਨੂੰ ਸੋਲਵ ਨਹੀਂ ਕਰਦੇ। ਭੈਣ ਬਲਵਿੰਦਰ ਕੌਰ ਦਾ ਮਰਡਰ ਹੋਇਆ, ਉਹਨਾਂ ਨੇ ਲੁਧਿਆਣੇ ਐਸ ਵਾਈ ਐਲ ਤੇ ਡਿਬੇਟ ਰੱਖ ਦੀ, ਜਦੋਂ ਇੱਥੇ ਆਪਣੇ ਗੋਲੀ ਚੱਲੀ ਆਹ ਕਪੂਰਥਲੇ ਦੇ ਵਿੱਚ, ਉਹਨਾਂ ਨੇ ਚੱਕ ਕੇ ਤੀਰਥ ਯਾਤਰਾ ਸ਼ੁਰੂ ਕਰ ਲਈ। ਉਸ ਤੋਂ ਪਹਿਲਾਂ ਜਦੋਂ 50,000 ਕਰੋੜ ਦੇ ਕਰਜ਼ੇ ਦੀ ਗੱਲ ਆਈ, ਉਹਨਾਂ ਫੇਰ ਕੁਛ ਨਾ ਕੁਛ ਨਵਾਂ ਛੇੜਤਾ। ਹਰ ਵੇਲੇ ਅਟੈਂਸ਼ਨ ਡਾਇਵਰਟ ਕਰਦੇ ਆ। ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਪੰਜਾਬੀ ਭੋਲੇ ਭਾਲੇ ਜ਼ਰੂਰ ਹੈ, ਪਰ ਇਹ ਉਹ ਕੌਮ ਹੈ ਜਿਨ੍ਹਾਂ ਹਿੰਦੁਸਤਾਨ ਦੇ ਵਿੱਚੋਂ ਮੁਗਲਾਂ ਦਾ ਰਾਜ ਉਧੇੜਿਆ, ਜਿਨ੍ਹਾਂ ਅੱਜ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਅੱਜ ਗੋਰੇ ਇੱਥੋਂ ਭਜਾਏ ਹੈ। ਜੇ ਤੁਹਾਨੂੰ ਮੌਕਾ ਦਿੱਤਾ ਨਾ, ਉਹਨਾਂ ਦੇ ਸੈਂਟੀਮੈਂਟਸ ਨਾਲ ਰੋਜ਼ ਨਾ ਖੇਡਿਆ ਕਰੋ, ਰੋਜ਼ ਖਿਲਵਾੜ ਨਾ ਕਰਿਆ ਕਰੋ, ਰੋਜ਼ ਝੂਠ ਨਾ ਬੋਲਿਆ ਕਰੋ। ਅੱਜ ਪੰਜਾਬੀ ਪਛਾਣ ਗਏ ਆ ਤੁਹਾਨੂੰ, ਪੰਜਾਬ ਨਾਲ ਖੜਨਾ ਸਿੱਖੋ। ਮਾਨ ਸਾਹਿਬ, ਇਹ ਝੂਠੇ ਵਾਅਦੇ, ਜਿਹੜੇ ਝੂਠੀਆਂ ਗੱਲਾਂ, ਇਹ ਬੰਦ ਕਰ ਦਿਓ ਹੁਣ, ਇਹ ਜ਼ਿਆਦਾ ਚਿਰ ਨਹੀਂ ਚੱਲ।